ਨਾਲ ਸਾਡੀ ਇੱਕ ਭੈਣ ਵੀ ਮੌਜੂਦ ਹੈ, ਅਸੀਂ ਉਹਨਾਂ ਤੋਂ ਵੀ ਪੁੱਛਦੇ ਹਾਂ ਕਿ ਪੰਜਾਬੀ ਕਲਚਰ ਡੇ ਦੇ ਹਵਾਲੇ ਦੇ ਨਾਲ ਕੁਝ ਗੱਲਾਂ ਕਰਾਂਗੇ, ਇਹਨਾਂ ਦੇ ਨਾਲ ਪੁੱਛਾਂਗੇ। ਇਹਨੂੰ ਅੱਗੇ ਜਾਣਾ ਚਾਹੀਦਾ ਔਰ ਇਨਸ਼ਾਅੱਲਾ ਤਾਲਾ ਇਹ ਅੱਗੇ ਜਾਏਗੀ, ਸਕੂਲਾਂ 'ਚ ਰਾਇਜ ਹੋਏਗੀ, ਸਰਕਾਰੀ ਤੌਰ 'ਤੇ ਤਾਂ ਮਨਾਇਆ ਜਾ ਰਿਹਾ ਕਲਚਰ ਡੇ। ਔਰ ਮੇਰਾ ਖਿਆਲ ਹੈ ਕਿ ਅਗਰ ਇਹਨੂੰ ਸਕੂਲਾਂ 'ਚ ਨਾ ਲਾਗੂ ਕੀਤਾ ਗਿਆ ਤਾਂ ਸਾਡੀ ਅਸੀਂ ਉਹ ਨਹੀਂ ਦੇਰ ਤੱਕ ਸਾਡਾ ਜਿਹੜਾ ਨਾ ਇਤਜਾਜ ਜਿਹੜਾ ਚੱਲਦਾ ਰਹੇਗਾ ਔਰ ਅਸੀਂ ਕਹਿੰਦੇ ਰਹਾਂਗੇ, ਕਿਉਂਕਿ ਅਸੀਂ ਪੰਜਾਬੀ ਨੂੰ ਲਾਗੂ ਕਰ ਦੇਣਾ। ਔਰ ਮੈਨੂੰ ਉਮੀਦ ਹੈ ਕਿ ਇੱਕ ਦਿਨ ਇਹੋ ਜਿਹਾ ਹੋਏਗਾ ਪੰਜਾਬੀ ਘਰ ਘਰ ਬੋਲੀ ਜਾਏਗੀ ਔਰ ਇੰਗਲਿਸ਼ ਦੋ ਜ਼ਬਾਨਾਂ ਰਹਿ ਜਾਣਗੀਆਂ, ਉਰਦੂ ਜਿਹੜੀ ਇਹਨਾਂ ਵਿੱਚੋਂ ਅਸਲਾਮ ਵਾਲੇਕਮ ਹੋ ਜਾਏਗੀ। ਉਹਦੀ ਵਜ੍ਹਾ ਇਹ ਵੇ ਕਿ ਹਰ ਬੰਦਾ ਜਿਹੜਾ ਨਾ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪਾ ਰਿਹਾ ਔਰ ਮਾਵਾਂ ਤਾਂ ਅਨਪੜ੍ਹ ਹੈਗੀਆਂ ਨੇ ਨਾ, ਹਲੇ ਬਾਪ ਵੀ ਅਨਪੜ੍ਹ ਹੈਗੇ ਨੇ, ਘਰਾਣੇ ਵੀ ਹੈਗੇ, ਤਾਂ ਉੱਥੇ ਤਾਂ ਜ਼ਬਾਨ ਪੰਜਾਬੀ ਬੋਲੀ ਜਾਣੀ ਅਤੇ ਦੋ ਜ਼ਬਾਨਾਂ ਰਹਿ ਜਾਣੀਆਂ ਪੰਜਾਬੀ ਔਰ ਇੰਗਲਿਸ਼। ਔਰ ਇਨਸ਼ਾਅੱਲਾ ਤਾਲਾ ਮੈਨੂੰ ਉਮੀਦ ਹੈ ਕਿ ਇੱਕ ਦਿਨ ਪੰਜਾਬੀ ਦਾ ਬੋਲਬਾਲਾ ਹੋਏਗਾ, ਤੁਸੀਂ ਇੰਟਰਵਿਊ ਫੇਰ ਕਰਨ ਆਓਗੇ, ਫਿਰ ਤੁਹਾਡੇ ਨਾਲ ਇਹੋ ਜਿਹੀ ਗੱਲਬਾਤ ਹੋਏਗੀ ਕਿ ਅੱਜ ਸਾਡੀ ਪੰਜਾਬੀ ਲਾਗੂ ਹੈ ਅਤੇ ਅਸੀਂ ਉਹਦਾ ਜਸ਼ਨ ਮਨਾਉਂਦੇ ਹੋਵਾਂਗੇ।